नमस्कार जी, मैं हाँ तुहाड़ा अपना बलविंदर हाली ते तुसी देख रहे हो पंजाब डायरी। आम आदमी पार्टी के कौमी प्रधान ते दिल्ली दे मुख्यमंत्री अरविंद केजरीवाल ने पंजाब इकाई दे पार्टी विधायकों नूं उन्हां विचाले पए काटो कलेश नूं तण पत्तण लाउण लई हाले कोई सिरा सराहना लभण लई नहीं किया। इन्हां जरूर किया है कि खहरा धड़े नाल गलबात दे बूहे ना भेड़े जाण। कल दिल्ली विखे केजरीवाल ने मीटिंग दौरान इन्हां ही कहा कि जिस तों स्पष्ट हुंदा कि खहरा धड़े दीआं दलीलां नूं ते पार्टी नाल जनतक आधार उत्ते वजनदार बनदी है कौमी लीडरशिप। इस मीटिंग च पंजाब दे 11 विधायक हाजर दसे गए और सारिआं दीआं गल्लां केजरीवाल ने अपने गंभीर अंदाज च सुणीआं। कई MLA तां धूआं धार विचारां राहीं बागियां खिलाफ छेती कार्रवाई की मांग करते रहे और पार्टी मुखी ने कहा कि बागियां नाल राबता रख्या जाए और बागियां दी गली बाती तसली करा के उन्हां दा पक्ष भी जाणिआ जाए। ਬਰਗਾੜੀ ਮੋਰਚੇ ਦੀ ਕਮਾਨ ਸੰਭਾਲ ਰਹੇ ਬਲਜੀਤ ਸਿੰਘ ਦਾਦੂਵਾਲ ਨੇ ਖਦਸ਼ਾ ਪ੍ਰਗਟਾਇਆ ਕਿ ਸ਼੍ਰੋਮਣੀ ਅਕਾਲੀ ਦਲ ਫਰੀਦਕੋਟ ਰੈਲੀ ਮੌਕੇ ਪੰਥਕ ਮੋਰਚੇ ਤੇ ਹਮਲਾ ਕਰਵਾ ਸਕਦਾ ਹੈ। ਉਹਨਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਨੇ ਇਸ ਹਮਲੇ ਦੀ ਤਿਆਰੀ ਸੰਬੰਧੀ ਮੀਟਿੰਗਾਂ ਕਰਕੇ ਡਿਊਟੀਆਂ ਸੌਂਪ ਦਿੱਤੀਆਂ। ਦਾਦੂਵਾਲ ਨੇ ਆਖਿਆ ਕਿ ਉਹ ਇਨਸਾਫ਼ ਪਸੰਦ ਹੈ, ਪਰ ਜੇ ਬਾਦਲਾਂ ਨੇ ਮੋਰਚੇ ਤੇ ਹਮਲਾ ਕੀਤਾ ਤੇ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ। ਦਾਦੂਵਾਲ ਨੇ ਆਖਿਆ ਕਿ ਅਕਾਲੀ ਦਲ ਦੀ ਰੈਲੀ ਵਿੱਚ ਬਿਕਰਮ ਮਜੀਠਾ ਨੇ ਦਾਦੂਵਾਲ ਨੂੰ 16 ਕਰੋੜ ਵਿੱਚ ਬਰਗਾੜੀ ਅਨਾਜ ਮੰਡੀ ਵਿੱਚ ਇਕੱਠੇ ਕਰਨ ਦੇ ਦੋਸ਼ ਲਾਏ। ਉਹਨਾਂ ਆਖਿਆ ਕਿ ਇਹ ਝੂਠੇ ਨੇ। ਉਹਨਾਂ ਆਖਿਆ ਕਿ ਉਹਨਾਂ 100 ਦੇ ਦਿਨਾਂ ਵਿੱਚ ਜਹਿਦਰ ਧਿਆਨ ਸਿੰਘ ਮੰਡ ਕੋਲੋਂ ਕਦੇ ਆਪਣੀ ਗੱਡੀ ਵਿੱਚ ਤੇਲ ਪਾਉਣ ਵਾਸਤੇ 10 ਰੁਪਏ ਨਹੀਂ ਲਏ। ਉਧਰ ਸ਼੍ਰੋਮਣੀ ਅਕਾਲੀ ਦਲ ਨੇ 15 ਸਤੰਬਰ ਨੂੰ ਕੋਟਪੁਰਾ ਵਿਖੇ ਰੱਖੀ ਪੋਲ ਕੋਲ ਰੈਲੀ 16 ਸਤੰਬਰ ਨੂੰ ਫਰੀਦਕੋਟ ਵਿਖੇ ਤਬਦੀਲ ਕਰ ਦਿੱਤੀ ਹੈ। ਬਰਗਾੜੀ ਮੋਰਚੇ ਨਾਲ ਜੁੜੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ SHO ਬਾਜਾਖਾਨਾ ਨੂੰ ਮੰਗ ਪੱਤਰ ਦੇ ਕੇ ਕੋਟਪੁਰਾ ਰੈਲੀ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਇਸ ਪਿੱਛੋਂ ਉਹਨਾਂ ਦੀ ਦਲੀਲ ਸੀ ਕਿ ਇਸ ਤਰ੍ਹਾਂ ਨਾਲ ਟਕਰਾਅ ਹੋਏਗਾ, ਇਸ ਨਾਲ ਅਮਨ ਸ਼ਾਂਤੀ ਦਾਅ ਤੇ ਲੱਗਣ ਦਾ ਖਦਸ਼ਾ ਹੈ। ਦੂਜੇ ਪਾਸੇ ਅਕਾਲੀ ਦਲ ਦੇ ਆਗੂ ਇਸ ਤਬਦੀਲੀ ਨੂੰ ਮਹਿਜ਼ ਇਤਫਾਕ ਕਹਿ ਰਹੇ ਨੇ। ਦੱਸਣਯੋਗ ਹੈ ਕਿ ਇਸ ਰੈਲੀ ਦੀ ਤਿਆਰੀ ਲਈ ਫਰੀਦਕੋਟ ਵਿਖੇ ਸੁਖਬੀਰ ਬਾਦਲ ਦਾ ਕੁਝ ਵਿਅਕਤੀਆਂ ਨੇ ਬੇਅਦਬੀ ਮਾਮਲੇ ਕਰਕੇ ਜ਼ਬਰਦਸਤ ਵਿਰੋਧ ਕੀਤਾ ਸੀ ਤੇ ਟਕਰਾਅ ਹੁੰਦੇ ਹੁੰਦੇ ਬਚਿਆ ਸੀ।